ਸਰਕਾਰ ਦੀਆਂ ਲਾਈਆਂ ਪਾਬੰਦੀਆਂ ਨੂੰ ਤੋੜ ਕੇ ਬਹੁਤ ਹੀ ਬਹਾਦਰੀ ਨਾਲ ਆਪਣੇ ਘਰਾਂ ਤੋਂ ਨਿਕਲ ਕੇ ਆ ਕੇ ਆਪਣੀਆਂ ਮੰਗਾਂ ਲਈ ਬੈਠੇ ਮੇਰੇ ਕਿਰਤੀ ਭਰਾਓ, ਮੈਂ ਜਮਹੂਰੀ ਕਿਸਾਨ ਸਭਾ ਵੱਲੋਂ ਸਭ ਤੋਂ ਪਹਿਲਾਂ ਜਿਹੜੀਆਂ ਤੁਹਾਡੀਆਂ ਮੰਗਾਂ ਆ ਉਹਨਾਂ ਦੀ ਹਮਾਇਤ ਕਰਦਾ। ਸਾਡੀ ਜਥੇਬੰਦੀ ਜਮਹੂਰੀ ਕਿਸਾਨ ਸਭਾ ਇਹ ਸਮੁੱਚੇ ਮੰਗ ਪੱਤਰ ਦੀ ਹਮਾਇਤ ਕਰਦੀ ਹੈ। ਮੈਂ ਕਹਿਣਾ ਕਿ ਤੁਸੀਂ ਉਸ ਇਤਿਹਾਸ ਨੂੰ ਦੁਹਰਾ ਰਹੇ ਜੇ ਜਿਵੇਂ ਕਾਲੇ ਕਾਨੂੰਨ ਲਿਆਉਣ ਕੇ ਮੋਦੀ ਸਰਕਾਰ ਨੇ ਸਾਡੀ ਰੋਟੀ ਨੂੰ ਖੋਣ ਦਾ ਯਤਨ ਕੀਤਾ ਤੇ ਕਿਸਾਨ ਕੋਲੋਂ ਜ਼ਮੀਨ ਖੋਣ ਦਾ ਯਤਨ ਕੀਤਾ, ਉਸ ਸੰਘਰਸ਼ ਨੂੰ ਜਦੋਂ ਲੈ ਕੇ ਤੁਰੇ ਸਾਂ, ਤੁਸੀਂ ਜਿਸ ਤਰੀਕੇ ਦੇ ਨਾਲ ਅੱਜ ਰੋਡ ਤੇ ਬੈਠੇ ਜੇ, ਅੱਜ ਯਾਦ ਦਿਵਾਉਂਦੇ ਜੇ ਉਹ ਦਿੱਲੀ ਦੇ ਬਾਰਡਰਾਂ ਦੀ, ਉਹਨਾਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਇਸੇ ਤਰੀਕੇ ਦਾ ਮੋਰਚਾ ਲਾ ਕੇ ਉਸ ਹੰਕਾਰੀ ਸਰਕਾਰ ਨੂੰ ਗੋਡਿਆਂ ਪਰਮੇ ਕੀਤਾ। ਪਰ ਉਹਦਾ ਸਬਕ ਸਾਡੇ ਸਾਹਮਣੇ ਆ, ਉਹਦਾ ਸਬਕ ਸੀ ਵੀ ਇੱਕ ਏਕਤਾ ਇੱਕ ਏਕਾ, ਉਹ ਏਕਾ ਸਾਰਿਆ ਗਿਆ ਬਿਨਾਂ ਜਾਤ ਦੇ ਬਿਨਾਂ ਧਰਮ ਦੇ ਬਿਨਾਂ। ਹਰ ਤਰ੍ਹਾਂ ਦੇ ਵਖਰੇਵੇਂ ਜਿਹੜੇ ਸਾਡੇ ਇਲਾਕਿਆਂ ਦੇ ਪਾਏ ਸੀ ਉਹਨਾਂ ਨੂੰ ਛੱਡ ਕੇ ਇੱਕੋ ਖਿਆਲ ਕੀਤਾ ਗਿਆ ਕਿ ਅਸੀਂ ਸਰਕਾਰ ਦੀਆਂ ਉਹਨਾਂ ਨੀਤੀਆਂ ਦੇ ਖਿਲਾਫ਼, ਉਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ਼ ਲੜਨ ਆਏ ਹਾਂ। ਅੱਜ ਅਸੀਂ ਭਰਾ ਹਾਂ, ਸਾਡੇ 'ਚ ਵਖਰੇਵਾ ਨਹੀਂ। ਉਸ ਵੇਲੇ ਉਸ ਮੋਦੀ ਸਰਕਾਰ ਨੇ ਬਹੁਤ ਸਾਰੀਆਂ ਸਾਜ਼ਿਸ਼ਾਂ ਉਸ ਅੰਦੋਲਨ ਨੂੰ ਮੰਡਣ ਦੀਆਂ ਕੀਤੀਆਂ ਤੇ ਅੱਜ ਵੀ ਅਸੀਂ ਕਹਿੰਦੇ ਹਾਂ ਸਾਡੇ ਸਮਾਜ ਦੇ ਵਿੱਚ ਜਿਹੜਾ ਕਿਰਤੀ ਵਰਗ ਆ ਜਿਹਦੇ ਉੱਤੇ ਨੀਤੀਆਂ ਜਿਹੜੀਆਂ ਅੱਜ ਕਹਿਣ ਲਈ ਸਾਡੇ ਦੇਸ਼ ਦੀਆਂ ਸਰਕਾਰਾਂ ਆ ਪਰ ਉਹਨਾਂ ਨੂੰ ਘਾੜਨ ਵਾਲੀਆਂ ਬਹੁਤ ਸਾਰੀਆਂ ਉਹ ਸੰਸਥਾਵਾਂ ਆ, ਉਹ ਵਰਲਡ ਬੈਂਕ ਹੋਵੇ, ਉਹ IMF ਹੋਵੇ, ਉਹਨਾਂ ਵੱਲੋਂ ਘੜੀਆਂ ਨੀਤੀਆਂ ਨੂੰ ਲਾਗੂ ਕੀਤਾ ਜਾ ਰਿਹਾ। ਉਹ ਨੀਤੀਆਂ ਜਿੱਥੇ ਰੁਜ਼ਗਾਰ ਖੋਲੀਆਂ, ਸਾਡੇ ਜਨਤਕ ਅਦਾਰੇ ਬੰਦ ਕਰਦੀਆਂ, ਸਾਡੇ ਸਰਕਾਰੀ ਸਕੂਲ ਬੰਦ ਕਰਦੀਆਂ, ਸਾਡੇ ਹਸਪਤਾਲ ਬੰਦ ਕਰਦੀਆਂ, ਉੱਥੇ ਜਿਹੜੀਆਂ ਜ਼ਮੀਨਾਂ ਮੰਡੀ ਆ ਸਾਰਾ ਕੁਝ ਉਹਨਾਂ ਕੰਪਨੀਆਂ ਹਵਾਲੇ ਕਰਦੀਆਂ ਆ। ਇਸ ਕਰਕੇ ਇੱਕ ਨੀਤੀ ਚੱਲ ਰਹੀ ਆ ਜਿਹਦਾ ਹੱਲਾ ਉਹ ਪਿੰਡ ਦੇ ਖੇਤ ਮਜ਼ਦੂਰ ਦੇ ਉੱਤੇ ਵੀ ਆ, ਉਹਦਾ ਹੱਲਾ ਕਿਸਾਨ ਦੇ ਉੱਤੇ ਵੀ ਆ। ਅੱਜ ਤੁਸੀਂ ਉਸ ਮੌਕੇ ਦੇ ਉੱਤੇ ਇਕੱਠੇ ਹੋਏ ਤੇ ਜਦੋਂ ਆਪਾਂ ਕਹਿੰਦੇ ਹਾਂ ਕਿਸਾਨ ਖੁਦਕੁਸ਼ੀ ਕਰ ਰਿਹਾ, ਮਜ਼ਦੂਰ ਖੁਦਕੁਸ਼ੀ ਕਰ ਰਿਹਾ, ਅੱਜ ਅੰਕੜੇ ਛਪੇ ਆ, ਉਹਨਾਂ ਅੰਕੜਿਆਂ ਵਿੱਚ ਦੱਸਿਆ ਗਿਆ ਪਿਛਲੇ ਸਾਲ ਦੇ ਵਿੱਚ 1,64,000 ਲੋਕਾਂ ਨੇ ਖੁਦਕੁਸ਼ੀ ਕੀਤੀ ਆ, ਜਿਹਦੇ ਵਿੱਚ ਆ ਜਿਹੜੇ ਮੇਰੇ ਕਿਰਤੀ ਲੋਕ ਬੈਠੇ ਆ ਜਿਹੜੇ ਰੋਜ਼ ਦਿਹਾੜੀ ਕਰਨ ਲਈ ਜਾਂਦੇ ਆ, ਉਹਦੇ ਵਿੱਚੋਂ 41,000 ਲੋਕ ਉਹ ਆ ਜਿਨ੍ਹਾਂ ਨੇ ਖੁਦਕੁਸ਼ੀਆਂ ਕੀਤੀਆਂ। ਮੈਂ ਕਹਿਣਾ ਚਾਹੁੰਦਾ ਅਸੀਂ ਉਹਨਾਂ ਮਹਾਨ ਗੁਰੂਆਂ ਦੇ ਵਾਰਸ ਆ, ਅਸੀਂ ਉਹਨਾਂ ਦੇਸ਼ ਭਗਤਾਂ ਦੇ ਵਾਰਸ ਆ, ਗਦਰੀ ਬਾਬਿਆਂ ਦੇ ਵਾਰਸ ਆ, ਤੇ ਸਾਡੇ ਕੋਲ ਰਾਹ ਆ ਖੁਦਕੁਸ਼ੀਆਂ ਦਾ ਨਹੀਂ। ਉਹ ਸਾਨੂੰ ਮਜ਼ਬੂਰ ਕਰ ਰਹੇ ਆ, ਉਹ ਸਾਨੂੰ ਇਸ ਪਾਸੇ ਤੋੜ ਰਹੇ ਆ, ਪਰ ਅਸੀਂ ਲੜਨਾ ਰਾਹ ਤਿਆਰ ਕਰਨਾ। ਮੈਂ ਤੁਹਾਨੂੰ ਵਧਾਈ ਦੇਣੀ ਚਾਹੁੰਦਾ, ਉਹ ਆਸ ਉਹ ਚਿਰਨ ਤੁਸਾਂ ਜਗਾਈ ਆ, ਉਹ ਜਗਾ ਕੇ ਲੜਾਈ ਦੇ ਮੈਦਾਨ ਦੇ ਵਿੱਚ ਆਏ ਤੇ ਇਸ ਕਰਕੇ ਉਸ ਵਰਤਾਰੇ ਨੂੰ ਬਦਲ ਦੀ ਲੋੜ ਆ। ਉਹਦੇ ਲਈ ਭੁਲੇਖਾ ਕਦੀ ਉਹ ਪੰਥ ਦੇ ਨਾਮ ਦੇ ਉੱਤੇ ਪਾਉਂਦੇ ਆ, ਕਦੀ ਉਹ ਹਿੰਦੂ ਧਰਮ ਦੇ ਨਾਮ ਦੇ ਉੱਤੇ ਪਾਉਂਦੇ ਆ, ਕਦੀ ਭਗਤ ਸਿੰਘ ਵਰਗੀ ਪੱਗ ਪਹਿਲੀ ਵਾਰ ਨਹੀਂ ਬੰਨੀ ਗਈ, ਕਦੀ ਮਨਪ੍ਰੀਤ ਪੱਗ ਪਾਉਂਦਾ। ਉਹ ਭਗਤ ਸਿੰਘ ਦੇ ਨਾਂ ਨੂੰ ਵੀ ਵਰਤਦੇ, ਉਹਦੇ ਪਰਾਵੇ ਨੂੰ ਵੀ ਵਰਤਦੇ ਆ, ਪਰ ਉਹਦੀ ਸੋਚ ਦੇ ਉਲਟ ਕੰਮ ਕਰਦੇ ਆ। ਅੱਜ ਸਾਰਾ ਕੁਝ ਉਹਨਾਂ ਕੋਪੜੀਆਂ ਹਵਾਲੇ ਕੀਤਾ ਜਾ ਰਿਹਾ। ਅੱਜ ਸਾਨੂੰ ਲੋੜ ਆ ਬੱਚੇ ਦੀ ਪੜ੍ਹਾਈ ਲਈ, ਸਰਕਾਰ ਸਕੂਲ ਚਲਾਵੇ ਹਰ ਕਿਰਤੀ ਦਾ ਬੱਚਾ ਪੜ੍ਹ ਸਕੇ। ਅੱਜ ਨੀਤੀ ਉਹ ਚਾਹੀਦੀ ਆ ਕਿ ਸਾਡੇ ਲਈ ਹਸਪਤਾਲ ਹੋਵੇ ਜਿਹਦੇ ਵਿੱਚ ਪੱਕੀ ਨੌਕਰੀ ਹੋਵੇ ਤੇ ਗਰੀਬ ਦਾ ਇਲਾਜ ਹੋਵੇ। ਅੱਜ ਸੜਕ ਉਹ ਨਹੀਂ ਚਾਹੀਦੀ ਜਿਹਦੇ ਉੱਤੇ ਟੋਲ ਪਲਾਜ਼ਾ ਲੱਗੇ, ਅੱਜ ਸੜਕ ਉਹ ਚਾਹੀਦੀ ਆ ਜਿਹੜੀ ਸੜਕ ਦੇ ਉੱਤੇ ਸਾਡਾ ਬੇਲਦਾਰ ਕੰਮ ਕਰੇ, ਸਾਡਾ ਜਿਹੜੀ ਕੰਮ ਕਰੇ ਸਾਡਾ ਐਕਸੀਅਰ ਕੰਮ ਕਰੇ, ਪੈਸੇ ਸਰਕਾਰ ਲਾਵੇ ਸਾਡੇ ਲਈ ਰੰਗਾਂ ਦੇ ਰਾਹ ਹੋਵੇ। ਅੱਜ ਕਾਰਖਾਨੇ ਅਡਾਨੀ ਅਬਾਨੀ ਨਾਲ ਲਾਵੇ, ਅੱਜ ਉਹ ਕਾਰਖਾਨੇ ਸਾਡੀ ਸਰਕਾਰ ਵੱਲੋਂ ਲੱਗ ਕੇ ਸਬਜ਼ੀ ਕਰਨ ਰੋਕੇ ਸਾਡੇ ਕਿਰਤੀਆਂ ਨੂੰ ਰੁਜ਼ਗਾਰ ਮਿਲੇ।
ਹਰ ਸਭ ਤੋਂ ਵੱਡਾ ਮਸਲਾ ਰੁਜ਼ਗਾਰ ਦਾ ਬਣਦਾ ਜਾ ਰਿਹਾ। ਖਾਸ ਤੌਰ ਤੇ ਅਸੀਂ ਪੰਜਾਬ ਵਾਲੇ ਉਸ ਹਾਲਤੇ ਵਿੱਚ ਪਹੁੰਚ ਗਏ ਹਾਂ, ਅੱਜ ਕਿਸੇ ਵੀ ਖੇਤਰ ਦੇ ਵਿੱਚ ਰੁਜ਼ਗਾਰ ਨਹੀਂ। ਇਸ ਕਰਕੇ ਕਿਰਤੀਆਂ ਲਈ ਸਭ ਤੋਂ ਵੱਡਾ ਮਸਲਾ ਉਹ ਰੁਜ਼ਗਾਰ ਦਾ ਬਣਦਾ, ਬੇਰੁਜ਼ਗਾਰੀ ਦਾ ਬਣਦਾ। ਅਸੀਂ ਉਹ ਸਾਰੇ ਵਰਤਾਰੇ ਦੇ ਖਿਲਾਫ ਲੜਨਾ ਚਾਹੁੰਦੇ ਹਾਂ, ਪਰ ਲੜਨ ਲਈ ਤੁਸੀਂ ਇਕੱਠੇ ਹੋਏਗੇ। ਇਹਦਾ ਸਵਾਗਤ ਜੋਗ ਆ, ਇਹ ਚੰਗੀ ਗੱਲ ਆ, ਪਰ ਉਹ ਨੀਤੀ ਕੱਲੀ ਮਜ਼ਦੂਰਾਂ ਤੇ ਅਸਰ ਜੇ ਕਰ ਰਹੀ, ਕਿਸਾਨੀ ਨੂੰ ਵੀ ਮਾਰ ਰਹੀ ਆ। ਜਿਵੇਂ ਤੁਸੀਂ ਸਹਿਯੋਗ ਕਰਕੇ ਕਿਸਾਨ ਮੋਰਚੇ ਨੂੰ ਜਿਤਾਇਆ, ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੀਤੀਆਂ ਦੇ ਖਿਲਾਫ ਉਹ ਜਿਹੜੀ ਰਾਜਨੀਤੀ ਜਿਹੜੀ ਸਾਨੂੰ ਚੋਣਾਂ ਵੇਲੇ ਗੁੰਮਰਾਹ ਕਰਦੀ ਆ, ਚੋਣਾਂ ਦੇ ਵਿੱਚ ਅਸੀਂ ਭੁਲੇਖਿਆਂ ਦਾ ਸ਼ਿਕਾਰ ਹੋ ਜਾਂਦੇ ਹਾਂ, ਪਰ ਜਿਹੜਾ ਉਹ ਜਾਂਦੀ ਸਾਡੇ ਖਿਲਾਫ ਆ। ਇਸ ਕਰਕੇ ਉਸ ਰਾਜਨੀਤੀ ਨੂੰ ਪਛਾਣਨ ਦੀ ਲੋੜ ਆ, ਉਸ ਰਾਜਨੀਤੀ ਨੂੰ ਸਮਝ ਕੇ ਅੱਜ ਸਾਨੂੰ ਜਿਸ ਤਰੀਕੇ ਨਾਲ ਲਾਲ ਝੰਡੇ ਤੁਸੀਂ ਚੁੱਕ ਕੇ ਆਏ ਜੇ, ਜਿਸ ਤਰੀਕੇ ਦਾ ਇਹ ਸਾਰਿਆ ਜੇ, ਇਹ ਕਿਸਾਨੀ ਦਾ, ਇਹ ਜਵਾਨੀ ਦਾ, ਇਹ ਕਾਲਜਾਂ ਪੜ੍ਹਿਆਂ ਵਾਲਿਆਂ ਦਾ, ਇਹ ਜਿਹੜੇ ਰੇਲਵੇ ਨੂੰ ਵੇਚਿਆ ਜਾ ਰਿਹਾ, ਰੋਡਵੇਜ ਨੂੰ ਵੇਚਿਆ ਜਾ ਰਿਹਾ, ਬਿਜਲੀ ਬੋਰਡ ਨੂੰ ਵੇਚਿਆ ਜਾ ਰਿਹਾ, ਉਹਨਾਂ ਸਾਰਿਆਂ ਦਾ ਵੱਡਾ ਏਕਾ ਸਾਰ ਕੇ ਇਹਦਾ ਮੁਕਾਬਲਾ ਕਰਨ ਦੀ ਲੋੜ ਆ। ਮੈਂ ਇੱਕ ਵਾਰ ਫਿਰ ਵਿਸ਼ਵਾਸ ਚਾਹੁੰਦਾ ਹੋਇਆ ਜਮਹੂਰੀ ਕਿਸਾਨ ਸਭਾ ਵੱਲੋਂ ਮੇਰੇ ਨਾਲ ਮਜ਼ਦੂਰਾਂ ਦੇ ਵੱਡੇ ਲੀਡਰ ਸਾਥੀ ਪਾਸਾ ਜਿਹੜੀ ਆਏ, ਹੋਰ ਵੀ ਆਏ ਆ, ਉਹਨਾਂ ਵੀ ਤੁਹਾਡੇ ਇਸ ਇਹਦੇ ਵਿੱਚ ਸ਼ਮੂਲੀਅਤ ਕੀਤੀ ਆ। ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਮੋਰਚਾ ਸਰਕਾਰ ਨੂੰ ਮਜਬੂਰ ਕਰਾਂਗੇ ਚੁਕਣ ਲਈ, ਇਸ ਨੀਤੀ ਨੂੰ ਬਦਲ ਲਈ ਲੜਾਂਗੇ। ਅਸੀਂ ਉਹਨਾਂ ਦੇਸ਼ ਭਗਤਾਂ ਦੇ ਵਾਸਿਆਂ ਔਰ ਬਦਲ ਕੇ ਛੱਡਾਂਗੇ। ਹਰ ਚੀਜ਼ ਸਾਡਾ ਹਿੱਸਾ ਆ, ਜੋ ਕੁਦਰਤ ਨੇ ਸਿਰਜਿਆ ਉਹ ਜ਼ਮੀਨ ਆ, ਉਹ ਪਾਣੀ ਆ, ਉਹ ਹਵਾ, ਉਹ ਤਿਰੰਗਾ ਆ, ਉਹ ਸਾਡੀ ਰੋਸ਼ਨੀ ਹਰ ਤਰ੍ਹਾਂ ਦਾ, ਉਹ ਜਿਹੜੇ ਖਰੇ ਜਿਹੜੇ ਆ ਸਾਨੂੰ ਉਹਦੇ ਵਿੱਚ ਬਰਾਬਰ ਦਾ ਹਿੱਸਾ ਆ। ਉਸ ਬਰਾਬਰ ਦੇ ਹਿੱਸੇ ਦੀ ਜੰਗ ਨੂੰ ਲੜਦਾ ਜਤਨ ਕਰਾਂਗੇ, ਉਹਦੇ ਲਈ ਇਕੱਠੇ ਹੋਵਾਂਗੇ। ਇਹਦੇ ਨਾਲ ਇੱਕ ਵਾਰ ਫਿਰ ਤੁਹਾਡੇ ਸ਼ਿਕਾਇਤ ਦੀ ਹਮਾਇਤ ਕਰਦਾ ਆ। ਬਹੁਤ ਬਹੁਤ ਧੰਨਵਾਦ, ਜੈ ਜਨਤਾ, ਜੈ ਸ਼੍ਰੀ ਅਕਾਲ।